ਬਹੁਤ ਹੀ ਪਿਆਰੇ ਬੱਚਿਓ, ਮੇਰੇ ਵੱਲੋਂ ਹਮੇਸ਼ਾ ਹੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਤੁਹਾਨੂੰ ਹਰ ਗੱਲ ਨੂੰ ਬਹੁਤ ਹੀ ਸਰਲ ਅਤੇ ਸੌਖੇ ਢੰਗ ਨਾਲ ਦੱਸਿਆ ਜਾਵੇ। ਅੱਜ ਗੱਲ ਕਰਨ ਲੱਗੇ ਹਾਂ ਫਲੈਮਿੰਗ ਖੱਬਾ ਹੱਥ ਨਿਯਮ ਦੀ, ਜਿਸ ਨੂੰ ਮੋਟਰ ਰੂਲ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਸ ਨਿਯਮ ਨੂੰ ਯਾਦ ਕਰਨ ਦਾ ਇੱਕ ਸਰਲ ਜਿਹਾ ਢੰਗ ਕਵਿਤਾ ਦੇ ਰੂਪ ਵਿੱਚ ਪੇਸ਼ ਹੈ। ਕਵਿਤਾ ਦਾ ਨਾਮ ਹੈ ਫਲੈਮਿੰਗ ਖੱਬਾ ਹੱਥ ਨਿਯਮ। ਉਂਗਲੀਆਂ 'ਤੇ ਨਚਾਉਣ ਦੇ ਵੱਖਰੇ ਵੱਖਰੇ ਢੰਗ, ਫਲੈਮਿੰਗ ਵੀ ਨਚਾਏ ਤਿੰਨ ਉਂਗਲੀਆਂ ਸੰਗ। ਚੁੰਬਕੀ ਖੇਤਰ ਬਿਜਲੀ ਧਾਰਾ ਦੀ ਦਿਸ਼ਾ ਦਾ ਹੋਵੇ ਜੇ ਗਿਆਨ, ਚਾਲਕ ਦੀ ਗਤੀ ਦੀ ਦਿਸ਼ਾ ਲੱਭਣ ਲਈ ਨਾ ਹੋਣਾ ਪਰੇਸ਼ਾਨ। ਅੰਗੂਠੇ ਦੇ ਨਾਲ ਦੀਆਂ ਦੋ ਉਂਗਲਾਂ ਬੱਚਿਓ ਫੈਲਾਓ, ਲੰਬ ਰੂਪ ਵਿੱਚ ਫਿਰ ਇਹਨਾਂ ਨੂੰ ਲਿਆਓ। ਕੱਕਾ ਖੱਖਾ ਗੱਗਾ ਨੂੰ ਯਾਦ ਕਰਾਇਆ, ਖੱਬਾ ਹੱਥ ਨਿਯਮ ਫੇਰ ਸਿਖਾਇਆ। ਵਿਚਕਾਰਲੀ ਉਂਗਲ ਤੋਂ ਸ਼ੁਰੂਆਤ ਜੋ ਕਰਾਵੇ, ਕੱਕਾ ਕਰੰਟ ਦੀ ਦਿਸ਼ਾ ਦਿਖਾਵੇ। ਪਹਿਲੀ ਉਂਗਲੀ ਨੂੰ ਬੋਲਣ ਲਈ ਉਸਕਾਏ, ਖੱਖਾ ਚੁੰਬਕੀ ਖੇਤਰ ਦੀ ਦਿਸ਼ਾ ਦਿਖਾਏ। ਅੰਗੂਠੇ ਦੀ ਹੁਣ ਵਾਰੀ ਆਈ, ਗੱਗਾ ਗਤੀ ਚਾਲਕ ਦੀ ਦਿਖਾਈ। ਬਿਜਲੀ ਮੋਟਰ ਦਾ ਜੇ ਕੰਮ ਸਮਝਾਉਣਾ, ਖੱਬਾ ਹੱਥ ਫਲੈਮਿੰਗ ਨਿਯਮ ਅਪਣਾਉਣਾ। ਬੱਚੋ ਇਸ ਗੱਲ ਨੂੰ ਅਪਣਾਉਣਾ, ਹੱਥਾਂ ਨੂੰ ਵਧੀਆ ਕਾਰਜ ਲਈ ਲਗਾਉਣਾ। ਇੱਜ਼ਤ 'ਤੇ ਵਧੂਗਾ ਮਾਨ, ਜੇ ਹੱਥਾਂ ਨਾਲ ਕਰਨੇ ਕੰਮ ਮਹਾਨ।